ਪ੍ਰਹਲਾਦ ਦੇ ਪਿਤਾ ਦੇ ਪਾਸ ਸੰਡੇ ਮਰ ਕੇ ਕਹਿੋ ਜਾਏ ਜਾ ਕੇ ਆਖਿਆ ਰਾਜਨ ਪਿੱਛੋਂ ਮੈਨੂੰ ਨਾ ਦੋਸ ਦੇ ਪਤਾ ਨਹੀਂ ਕਿੱਥੋਂ ਪੜ੍ਹਾਈ ਪੜ੍ਹ ਕੇ ਆਇਆ ਕਿਹੜੀ ਅਖੇ ਰਾਮ 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 ਪ੍ਰਹਲਾਦ ਰਾਮ ਰਾਮ ਪੜ੍ਹ ਰਿਹਾ ਕਿ ਇਕੱਲਾ ਨਹੀਂ ਪੜ੍ਹ ਰਿਹਾ ਸਾਰੇ ਚਾਟੜੇ ਵੀ ਨਾਲ ਪੜ੍ਹ ਰਹੇ ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗੜ ਹਮਰਾ ਕਹਿਆ ਨਾ ਸੁਣੇ ਆਪਣਾ ਕਾਰਜ ਸਵਾਰੇ ਕੋਈ ਬੱਚਾ ਮੇਰੇ ਆਖੇ ਨਹੀਂ ਲੱਗਦਾ ਉਹ ਤੇ ਰੰਗ ਲਾਈ ਬੈਠਾ ਮਨ ਉਸਤਾਦ ਉਹੀ ਹੈ ਤੇ ਬਾਕੀ ਸਭ ਸ਼ਾਗਿਰਦ ਅੱਗੇ ਅੱਗੇ ਬੋਲ ਰਿਹਾ ਮਗਰ ਮਗਰ ਸਾਰੇ ਸਾਧ ਸਿੰਘ ਬੋਲੋ ਸ੍ਰੀ
मजदूर मैं करते सब तेरी बन तू बना मुनी रंग परंग शिष्ट सब साजी संडे मर के कहो जाए प्रहलाद बुलावत बेग जाए जट लियाओ मेरे पास जित वेले लियंदा तां गर्ज के आम कहन की छोड़ बान तुझे तुरत छुड़ाओ मेरो कहो मां अगर प्रहलाद की आखद है नहीं छोड़ू दे बाबा ओला बुलाओ नहीं ਸਮਝਾ ਲਵੇ ਨਹੀਂ ਤੇ ਮੈਥੋਂ ਬੁਰਾ ਕੋਈ ਫਿਰ ਮਾਤਾ ਉਪਦੇਸੇ ਪ੍ਰਹਲਾਦ ਪਿਆਰੇ ਪੁੱਤਰ ਰਾਮ ਨਾਮ ਛੋਡੋ ਜੀਓ ਡਿਓ ਮਾਂ ਨੇ ਉਪਦੇਸਿਆ ਬੇਟਾ ਪ੍ਰਹਲਾਦ ਪਿਆਰੇ ਪੁੱਤਰ ਰਾਮ ਨਾਮ ਛੋਡੋ
ਟੋਂਗ ਰਚਾਇਆ ਹੋਇਆ ਇਹ ਤੇ ਕਹਿੰਦਾ ਮੈਂ ਰੱਬਾ ਮੇਰਾ ਨਾਮ ਜਪੋ ਪੁੱਛੋ ਵੀ ਤੇਰੇ ਵਿੱਚ ਸਮਰੱਥਾ ਕਿਹੜੀ ਹੈ ਕੋਈ ਹੈ ਸਮਰੱਥਾ ਤੇਰੇ ਤੈਨੂੰ ਜਪਾ ਤਾਂ ਕਿਉਂ ਜਪਾ ਮੈਂ ਦੇਖਿਆ ਮਾਂ ਰਾਮ ਰਾਮ ਜਪਦੀ ਦਾ ਜੋ ਕਾਰਜ ਰਾਮ ਨੇ ਸਿਰੇ ਚੜਾਇਆ ਉਹ ਮੇਰਾ ਪਿਓ ਨਹੀਂ ਕਰ ਸਕਦਾ ਬਲਦੀ ਅੱਗ ਚੋਂ ਬਿੱਲੀ ਦੇ ਬੱਚੇ ਜੇ ਬਚ ਸਕਦੇ ਹਨ ਤਾਂ ਪ੍ਰਹਲਾਦ ਨੂੰ ਤੱਤੀ ਵਾਹ ਨਹੀਂ ਲੱਗ ਸਕਦੀ ਹਰ ਸੁਖਦਾਤਾ ਮੇਰੇ ਨਾਲ ਫਿਰ ਵੀ ਬੇਟਾ ਤੂੰ ਮੇਰਾ ਕਹਿਣਾ ਮੰਨ ਲੈ ਮਾਂ ਜੇ ਤੇਰਾ ਕਹਿਣਾ ਮੰਨ ਲਵਾਂ ਮੈਨੂੰ ਗਾਲ ਲੱਗਦੀ ਹੈ ਹਰ ਸੁਖਦਾਤਾ ਮੇਰੇ ਨਾਲ ਜੇ ਹਰ ਛੋਡੋ ਤੋ ਕੁੱਲ ਲਾਗੇਗਾ ਸਿਰਫ ਮੈਨੂੰ ਨਹੀਂ ਮੇਰੀ ਸਾਰੀ ਕੁੱਲ ਨੂੰ ਗਾਲ ਲੱਗਦੀ ਮੇਰੀ ਸਾਰੀ ਕੁੱਲ ਦਾਗਦਾਰ ਹੋ ਜਾਏ ਜਿਵੇਂ ਸਾਹਿਬ ਆਖਦੇ ਨੇ ਜਿਹੇ ਕੁੱਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨ ਬਈ ਮੈਂ ਤਾਰੀ ਜੇ ਨਰ ਰਾਮ ਭਗਤ ਨਹੀਂ ਸਾਦੀ ਜਨਮਤ ਕਸ ਨ ਮੂਰੋ ਅਪਰਾ ਮਾਂ ਤੂੰ ਮੈਨੂੰ ਕੁਛ ਨਾ ਕਹੋ ਮੈਨੂੰ ਜਪਣ ਦੇ ਤੋ ਜਪਣ ਵਿੱਚ ਸੁੱਖ ਹੈ ਤੂੰ ਕੀ ਜਾਣ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ
ਤੇਰੇ ਆਖੇ ਨਹੀਂ ਲੱਗੇਗਾ, ਜਾਪਦਾ ਇਸ ਨੂੰ ਕਿਸੇ ਨੇ ਪਾਨ ਚੜ੍ਹਾਈ ਹੈ, ਮੇਰੇ ਹਵਾਲੇ ਕਰ ਮੈਂ ਲਾ ਦੇਵਾਂਗਾ। ਲੱਗੇ ਦੁੱਖ ਦੇਵਣ ਤਾਂ ਪ੍ਰਹਲਾਦ ਨੇ ਆਖਿਆ ਮੁਖੋਂ ਕਹਾਂ ਸਤਾਵੋ ਬਾਰ ਬਾਰ, ਬਾਰ ਬਾਰ ਕਹਿਣ ਦੀ ਕੀ ਲੋੜ ਹੈ, ਨਾਮ ਛੱਡ ਨਾਮ ਛੱਡ, ਇੱਕ ਵਾਰੀ ਜੋ ਕਹਿ ਦਿੱਤਾ ਵੀ ਨਹੀਂ ਛੱਡੂ ਰੇ ਬਾਬਾ ਰਾਮ ਨਾਮ, ਮੇਰਾ ਅਵਰ ਪੜਨ ਸਿਉਂ ਨਹੀਂ ਕਾਂ, ਮੋਕੋ ਕਹਾਂ ਸਤਾਵੋ you
ਜਪਣਾ ਜੇ ਤਾਂ ਇਸ ਤਰ੍ਹਾਂ ਜਪੋ, ਧਰੂ ਪ੍ਰਹਿਲਾਦ ਜਪਿਓ ਹਰ ਜੇ, ਜਿਵੇਂ ਧਰੂ ਨੇ ਜਪਿਆ ਵਾ ਜਿਵੇਂ ਜਪਿਆ ਪ੍ਰਹਿਲਾਦ ਨੇ। 5 ਸਾਲਾਂ ਦਾ ਸੀ ਧਰੂ ਜਦੋਂ ਜਪਣ ਲੱਗਾ। ਧਰੂ ਵਾਂਗੂ ਜਪ, ਜਿੱਦਣ ਤੈਨੂੰ ਸੋਝੀ ਪਈ ਹੈ ਉਸ ਦਿਨ ਤੋਂ ਜਪ। ਤੇ ਫਿਰ ਜਪਣਾ ਖੁੰਜਾ ਨਹੀਂ, ਕਿਉਂਕਿ ਜੋ ਬਰਕਤ ਨਿਤਨੇਮ ਦੀ ਹੈ ਉਹ ਨਵੇਂ ਤਨੇਮ ਦੀ ਨਹੀਂ। ਤੇ ਫਿਰ ਜਪ ਪ੍ਰਹਿਲਾਦ ਵਾਂਗੂ ਜੇ ਜਪਣ ਲੱਗਾ ਤਾਂ ਹੁਣ ਮੂੰਹ ਨਾ ਮੋੜ, ਰੱਤੇ ਸੇਈ ਜੇ ਮੁੱਖ ਨਾ ਮੋੜ, ਰੱਤੇ ਸੇਈ ਜੇ ਮੁੱਖ ਨਾ ਮੋੜਨ, ਕੌਣ ਮੁੱਖ ਨਹੀਂ ਮੋੜਦੇ ਜਿਨੀ ਸੰਜਾਤਾ ਸਾਈਂ, ਜਿਹਨਾਂ ਸਾਈਂ ਨਹੀਂ ਸੰਜਾਤਾ ਉਹ ਮੁੱਖ ਮੋੜ ਜਾਣੇ। ਸਾਈਂ ਸੰਜਾਤਾ ਕੁੱਤੇ ਨੇ, ਮਾਲਕ ਅੱਗੇ ਪਿਆ ਜਾਂਦਾ ਕੁੱਤਾ ਮਗਰ ਮਗਰ ਕੰਧ ਸਿੰਜਾਤੀ। ਜਰਾ ਖੜੋ ਗਿਆ ਤਾਂ ਫਿਰ ਭੱਜ ਕੇ ਜਾ ਮਿਲੇ, ਜੇ ਅਗਾਂਹ ਲੰਘ ਗਿਆ ਤਾਂ ਖੜੋ ਗਿਆ ਉਡੀਕਣ ਵਾਸਤੇ, ਆ ਗਿਆ ਮਾਲਕ ਤਾਂ ਪੈਰ ਸੰਗ ਕੇ ਨਾਲ ਤੁਰ ਪਿਆ। ਉਹ ਵੀ ਆਪਣੇ ਖਸਮ ਨੂੰ ਸਿਆ, ਕਿਉਂਕਿ ਇਹ ਤਨ ਰੁਲੇ ਰੁਲਾਇਆ, ਕਾਮ ਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ। ਇਹ ਤਨ ਰੁਲ ਜਾਏਗਾ, ਕਿਸੇ ਕੰਮ ਨਹੀਂ ਆਏਗਾ, ਕਿਹਨਾਂ ਦਾ ਜਿਨ੍ਹਾਂ ਨੇ ਆਪਣੇ ਖਸਮ ਨੂੰ ਹਾਜ਼ਰਾ ਹਜ਼ੂਰ ਨਹੀਂ ਜਾਣੇ। ਰੱਤੇ ਸੇਈ ਜੇ ਮੁੱਖ ਨਾ ਮੋੜਨ, ਜਿਨੀ ਸੰਜਾਤਾ ਸਾਈਂ, ਜਲ ਜਲ ਪੈਂਦੇ ਕੱਚੇ ਵੀੜੇ, ਜਿਹਨਾਂ ਕਾਰ ਨਾ ਆਈ, ਔਰ ਜਿਹਨਾਂ ਨੂੰ ਕਾਰ ਆਈ ਹੈ ਉਹਨਾਂ ਦਾ ਇਹ ਵਚਨ ਹੈ, ਤਣੀ ਵੀ ਹੁਣ ਪਾਤ ਪਟੰਬਰ ਬਾਹੀ ਸੇਤੀ ਜਾਲੇ, ਦੂੜੀ ਵਿੱਚ ਲੁਡੰਦੜੀ ਸੋਵਾਂ ਨਾਨਕ ਤੈ ਸੋਨਾ। ਇਹ ਮੇਰੇ ਸੋ ਪਿਆਰੇ ਪ੍ਰੀਤਮ, ਤੂੰ ਮੇਰੇ ਕੋਲ ਹੋਵੇਂ ਮੈਂ ਤੇਰੀ ਤੋੜੀ ਵਿੱਚ ਲੇਟਦੀ ਸੋਹਦੀ, ਜੇ ਤੂੰ ਨਹੀਂ ਤਾਂ ਫਿਰ ਇਹ ਮਾਲ ਕਿਆ, ਇਹ ਸੰਸਾਰ ਦੇ ਸੁੱਖ ਕਿਆ। ਲੱਖ ਲਸ਼ਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰੇ ਸਲਾਮ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰੱਖੇ ਮਾਨ, ਜਾਂ ਪਤ ਲੇਖੇ ਨਾ ਪਵੇ ਤਾਂ ਸਭੀ ਮੇਰਾ ਫਲਕਾ, ਹਰ ਕੇ ਨਾਮ ਬਿਨਾ ਜਗ ਧੰਦਾ, ਹਰ ਕੇ ਨਾਮ ਬਿਨਾ ਜਗ ਧੰਦਾ।
ये बहुता समझाइए बोला भी सो अंधो अंधो लख खटिए लख संचिए खा जाए लख आवे लख जाए जा पत लेखे ना पवे जी किथे फिर पाए इस जी नू कोई थां आई रखण दी किथे रखेगा इस जीव दी थां है गुरु नानक दी गोद गुरु नानक दी गोद उस खुश नसीब वास्ते है जिन संगत विच आके जपया श्री वाह जिन्हें बैठे जप रहे ए दरगाह है गुरु की सारिया दरां नू गा के सिख गुरु की दरगाह आया जिवें नदी नू समुद्र तो परे थां नहीं सिख नू गुरु दे दर तो परे थां कोई तो गुरु कृपा करे के साडी ए थां सानू सलामत रहे सिख दी सदा ए अरदास रसना तो नहीं लू लू तो निकले तेरे दर तो बिना तेरे दर तू बिना तेरे दर तू बिना मेरी थां कोई ना तेरा दर तो बिना मेरी Thank you.
ਪਰੇ ਥਾਂ ਕੋਈ। ਦੁਨੀਆਂ ਕਿੱਡਾ ਉਡਾਂਬਾ ਦਿੰਦੀ ਆ, ਉਹ ਕਿਸੇ ਗੁਰਪੀਰ ਦਾ ਹੈ ਕਿ ਕੋਈ? ਆਪਾਂ ਹਾਂ ਗੁਰਪੀਰ ਵਾਲੇ। ਜੋ ਗੁਰਪੀਰ ਵਾਲਾ ਉਸਦਾ ਨਿਤਨੇਮ ਹੈ ਅੰਮ੍ਰਿਤ ਵੇਲੇ ਉੱਠਣਾ। ਇਹ ਨਿਸ਼ਾਨੀ ਹੈ ਗੁਰਪੀਰ ਵਾਲੇ ਦੀ। ਜਿਹੜਾ ਸਵੇਰੇ ਨਹੀਂ ਉੱਠਦਾ, ਕਾਹਦਾ ਗੁਰਪੀਰ ਹੈ ਕੋਈ? ਸਦਾ ਜਿਹਨੇ ਇਸ ਨੂੰ ਇਹ ਮਤ ਨਹੀਂ ਦਿੱਤੀ ਸਵੇਰੇ ਉੱਠਣ ਦੀ, ਇਹ ਕਾਹਦਾ ਸਿੱਖ ਹੈ ਜਿਸਨੇ ਗੁਰੂ ਤੋਂ ਅਜੇ ਇਹ ਪਹਿਲੀ ਮਤ ਹੀ ਨਹੀਂ ਲਈ? ਜੇ ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਦਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਕਰਨਾ। ਅੰਮ੍ਰਿਤ ਵੇਲੇ ਉੱਠੋ ਬਈ, ਇਸ਼ਨਾਨ ਕਰੋ, ਨਾਮ ਜਪੋ। ਇਹ ਜਪਣ ਵਾਲਿਆਂ ਦਾ ਹਫ਼ਤਾ ਹੈ। ਇਹ ਅੱਜ ਦਿਨ ਹੋਲੀ ਅੱਗ ਵਿੱਚ ਬੈਠੀ ਰਹੀ ਪ੍ਰਹਿਲਾਦ ਨੂੰ ਬੁੱਕਲ ਵਿੱਚ ਲੈ ਕੇ, ਕਿਉਂਕਿ ਵਰਦਾਨ ਸੀ ਅੱਠ ਦਿਨ ਤੂੰ ਅੱਗ ਵਿੱਚ ਬਹਿ ਕੇ ਨਾ ਫੜੇ। ਕਹਿੰਦੀ ਹੈ ਭਾਈ ਇਸ ਨੂੰ ਮਾਰ ਨਹੀਂ, ਫਿਰ ਕਿਉਂ ਇਤਨਾ ਕਲਪ ਰਿਹਾ? ਇਹ ਕਿਸੇ ਤਰ੍ਹਾਂ ਨਹੀਂ ਮਰਦਾ। ਉਹਨੇ ਆਖਿਆ ਮੈਂ ਮਾਰ ਸਕਦੀ, ਮੇਰੀ ਗੋਦ ਵਿੱਚ ਬਿਠਾ, ਮੈਨੂੰ ਚਖਾ ਤੇ ਚਾਰ ਦੇ, ਅੱਗ ਲਾ ਦੇ, ਮੈਂ ਤਾਂ ਅੱਠ ਦਿਨ ਅੱਗ ਵਿੱਚ ਰਹਿ ਸਕਦੀ ਹਾਂ, ਇਹ ਤਾਂ ਜੱਟ ਨਹੀਂ ਰਹਿ ਸਕਦਾ। ਜਦ ਇਹ ਸੜ ਜਾਏਗਾ ਮੈਂ ਬਾਹਰ ਆ ਜਾਵਾਂਗੀ। ਅੱਗ ਬਲ ਰਹੀ ਹੈ, ਭੂਆ ਦੀ ਗੋਦ ਵਿੱਚ ਬੈਠਾ ਪ੍ਰਹਿਲਾਦ। ਅੱਠ ਦਿਨ ਬੀਤ ਗਏ, ਇਹ ਭੁੱਲ ਗਈ ਗਿਣਦੇ ਆ, ਇਹ ਸੱਤ ਪਈ ਗਿਣਦੀ ਆ। ਗਏ ਨਾਮਾ ਚੜਿਆ, ਸੇਖ ਲੱਗ ਭੱਜ ਕੇ ਬਾਹਰ ਜਾਣ ਲੱਗੀ। ਪ੍ਰਹਿਲਾਦ ਨੇ ਜੁੱਫੀ ਪਾ ਲਈ, ਭੂਆ ਅੱਠ ਦਿਨ ਮੈਂ ਤੇਰੀ ਗੋਦ ਵਿੱਚ ਠਹਿਰਿਆ, ਇੱਕ ਜੱਟ ਹੁਣ ਤੂੰ ਮੇਰੇ ਕੋਲ ਬਹਿ ਜਾ। ਹੋਲੀ ਸੜ ਗਈ ਤੇ ਪ੍ਰਹਿਲਾਦ ਵੱਲ ਦੀ ਅੱਗ ਤੋਂ ਇੰਜ ਤੁਰਦਾ ਆ ਰਿਹਾ ਜਿਵੇਂ ਕੋਈ ਫੁੱਲਾਂ ਦੀ ਸੇਜ ਤੋਂ। ਇਹ ਦਿਨ ਪ੍ਰਹਿਲਾਦ ਦੀ ਯਾਦਗਾਰ ਦੇ, ਇਹ ਅੱਠ ਦਿਹਾੜੇ ਅੱਗ ਵਲਦੀ ਰਹੀ, ਪ੍ਰਹਿਲਾਦ ਅੱਗ ਵਿੱਚ ਬੈਠਾ ਰਿਹਾ, ਨਹੀਂ ਸੜਿਆ। ਕਿਤੇ ਸਦਕੇ ਨਾਮ ਦੇ ਸਦਕੇ, ਨੌ ਮਹੀਨੇ ਮਾਂ ਦੇ ਪੇਟ ਵਿੱਚ ਰਹਿੰਦਾ, ਉਸ ਅੱਗ ਵਿੱਚ, ਇਸ ਅੱਗ ਵਿੱਚ ਮਾਂ ਜੋ ਕੁਝ ਖਾਂਦੀ ਹੈ ਉਹ ਸਵਾਹ ਹੋ ਜਾਂਦਾ। ਪਰ ਇਹ ਬੱਚਾ ਕਿਉਂ ਨਹੀਂ ਸੜਦਾ? ਪੇਟ ਵਿੱਚ ਹੈ, ਇਹ ਉਸ ਵੇਲੇ ਸਿਮਰਨ ਕਰਦਾ। ਇਹ ਬਾਲਕ ਅੰਦਰ ਸਿਮਰਨ ਕਰਦਾ ਹੈ, ਸਿਮਰਨ ਦੇ ਸਦਕੇ ਇਹ ਅੰਦਰਲੀ ਅੱਗ ਵਿੱਚ ਸੜਦਾ ਨਹੀਂ। ਤੇ ਸਹਿਬ ਆਖਦੇ ਨੇ ਮਤ ਭੁੱਲ ਜਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਇਹ ਨਾ ਸਮਝ ਬਈ ਮੈਂ ਹੁਣ ਅੱਗ ਚੋਂ ਬਾਹਰ ਆ ਗਿਆ ਤੇ ਹੁਣ ਮੈਨੂੰ ਕੋਈ ਲੋੜ ਨਹੀਂ ਜਪਣ ਦੀ। ਜਿਵੇਂ ਅੱਗੇ ਜਪ ਕੇ ਬਚਿਆ ਨਾ ਅੱਗ ਚੋਂ, ਇਸੇ ਤਰ੍ਹਾਂ ਬਾਹਰ ਮਾਇਆ ਦੀ ਅੱਗ ਪਈ ਬਲਦੀ, ਜੇ ਜਪੇਗਾ ਤੇ ਬਚੇਗਾ। ਤੇ ਜਪਣਾ ਕਿਸ ਵੇਲੇ ਹੈ? ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਾਮ ਜਪਦੇ ਗੁਰੂ ਕੇ ਹਜੂਰ ਆਓ, ਗੁਰੂ ਤੁਹਾਡਾ ਭਲਾ ਕਰੇ। ਕੀਰਤ ਸਮਾਪਤੀ, ਭੁੱਲਾਂ ਚੁੱਕਾਂ ਬਖਸ਼ਣੀਆਂ, ਅੰਮ੍ਰਿਤ ਵੇਲੇ ਸਮੇਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।